ਆਪਾਂ ਆਮ ਸੁਣਦੇ ਰਹਿੰਦੇ ਆ ਵੀ ਖਾਦ ਸ਼ਾਰਟ ਹੋ ਗਈ ਡੀਜ਼ਲ ਹੋ ਗਿਆ ਤੇ ਚੀਨੀ ਤੇ ਆਟਾ ਸ਼ਾਰਟ ਹੋ ਗਿਆ ਕਦੀ ਸੁਣਿਆ ਵੀ ਨਸ਼ਾ ਸ਼ਾਰਟ ਹੋ ਗਿਆ ਹੋਵੇ ਵਿਚਾਰਸ ਨਹੀਂ ਲੱਭਦੀ ਪਾਊਡਰ ਨਹੀਂ ਲੱਭਦਾ ਯਾਕੂਬੰਦਾ ਤੁਹਾਨੂੰ ਦੱਸੇ ਵੀ ਮੈਂ ਲੈਂਡ 'ਚ ਲਾ ਕੇ ਸਾਰੀ ਦਿਹਾੜੀ ਖੜਾ ਰਿਆ ਤੇ ਮੈਨੂੰ ਸ਼ਰਾਬ ਨਹੀਂ ਲੱਭੀ ਇੱਥੇ ਜਦੋਂ ਸ਼ਾਰਟ ਹੋਊਗੀ ਹਲਾਲ ਸ਼ਾ ਹੋਊਗੀ ਹਰਾਮ ਸ਼ਾ ਤੇ ਕਦੇ ਸ਼ਾਰਟ ਨਹੀਂ ਹੋਈ ਉਹਦੀ ਵਜ੍ਹਾ ਹੈ ਕਿ ਸਲਾਮੀ ਜਮਹੂਰੀਆ ਪਾਕਿਸਤਾਨ ਫਿਰ ਇਹ ਘਰ ਘਰ ਨਸ਼ਾ ਪਹੁੰਚ ਗਿਆ ਇਹਨੂੰ ਰੋਕਣ ਵਾਲੀ ਪੁਲਿਸ ਪੂਰੇ ਪਾਕਿਸਤਾਨ ਚ 2-4 ਥਾਣੇ ਆ ਥੋੜੀ ਜੀ ਨਫਰੀ ਉਹਨਾਂ ਦੀ ਵੀ ਤਹਿਸੀਲ ਲੈਵਲ ਤੇ ਥਾਣੇ ਬਣਾਓ ਇਹਨਾਂ ਦੇ ਨਾਰਕੋਟਿਕਸ ਦੇ ਤੇ ਨਫਰੀ ਵਧਾਓ ਇੱਕ ਬੰਦਾ ਗੱਲ ਕਰਦਾ ਸੀਗਾ ਉਹ ਅਖਬਾਰ ਖਬਰ ਵੀ ਪੜਦਾ ਹੁਣ ਪਤਾ ਨਹੀਂ ਉਹ ਝੂਠ ਮਾਰਦਾ ਕਿ ਸੱਚ ਕਹਿੰਦਾ ਨਸ਼ਾ ਵੇਚਣ ਦੇ ਵਿੱਚ ਵੱਡੇ ਸਿਆਸਤਦਾਨ ਤੇ ਵੱਡੇ ਅਫਸਰਾਂ ਦਾ ਹੱਥ ਆ ਮੈਂ ਇਹ ਗੱਲ ਕਰਦਾ ਵੀ ਦੋਹਾਂ ਜਹਾਨਾਂ ਚ ਆਪਣਾ ਦਾ ਕੰਮ ਖੇਤਰੋ ਖੇਤਰ ਹੀ ਹੋਇਆ ਇੱਥੇ ਲਿੱਤਰ ਖਾ ਰਹੇ ਆ ਮੁਸਲਮਾਨ ਹੁਣ ਦੀ ਵਜ੍ਹਾ ਤੋਂ ਬਾਕੀ ਦੁਨੀਆ ਤੋਂ ਤੇ ਅਗਲੇ ਜਾਣ ਭਾਵੇਂ ਪਹਿ ਜਾਣ ਵੀ ਮੁਸਲਮਾਨਾਂ ਵਾਲਾ ਕੰਮ ਕਿਹੜਾ ਕਰਕੇ ਆਏ